ਬਾਦਲ ਸਾਹਿਬ ਦੇ ਦੋ ਮਹਿਕਮੇ ਨੇਗੇ, ਇੱਕ ਖੇਤੀਬਾੜੀ ਮਹਿਕਮਾ, ਦੂਜਾ ਬਿਜਲੀ ਮਹਿਕਮਾ। ਦੋ ਮਹਿਕਮੇ ਡਾਇਰੈਕਟਲੀ ਜਿਹੜਾ ਹੈ ਕਿਸਾਨਾਂ ਨਾਲ ਸੰਬੰਧਿਤ ਨੇ। ਜਦੋਂ ਕੋਈ ਕਿਸਾਨ ਟਿਊਬਵੈੱਲ ਲਗਾਉਂਦਾ ਗਾ ਤਾਂ ਉਹਦੀ ਜਾਣਕਾਰੀ, ਪੁਖਤਾ ਜਾਣਕਾਰੀ ਦਾ ਮੈਪ ਕੀ ਆ, ਨਕਸ਼ਾ ਕੀ ਬਣਿਆ ਹੋਇਆ, ਉਹ ਬਿਜਲੀ ਬੋਰਡ ਕੋਲ ਹੁੰਦਾ ਗਾ। ਦੂਜਾ ਹੈਗਾ ਐਗਰੀਕਲਚਰ ਡਿਪਾਰਟਮੈਂਟ, ਉਹ ਡਿਪਾਰਟਮੈਂਟ ਕੋਲ ਇਹ ਪਤਾ ਹੁੰਦਾ, ਪਟਵਾਰੀ ਨੂੰ ਪਤਾ ਹੁੰਦਾ, ਪਟਵਾਰੀ ਹਮੇਸ਼ਾ ਗਿਰਦਾਵਰੀ ਕਰਦਾ ਉਸ ਜਗ੍ਹਾ ਦੀ, ਜਿਹੜੀ ਕਿਹੜੀ ਫਸਲ ਬੀਜੀ ਹੋਈ ਆ। ਇਹ ਤਿੰਨ ਮਹਿਕਮੇ, ਮੈਂ ਕਹਿੰਦਾ ਦੋ ਦੀ ਬਜਾਏ ਤਿੰਨ ਮਹਿਕਮੇ ਜਿਹੜੇ ਹੈ, ਰੈਵਨਿਊ ਡਿਪਾਰਟਮੈਂਟ ਦਾ ਮਹਿਕਮਾ, ਰੈਵਨਿਊ ਡਿਪਾਰਟਮੈਂਟ, ਬਿਜਲੀ ਡਿਪਾਰਟਮੈਂਟ ਔਰ ਤੀਸਰਾ ਐਗਰੀਕਲਚਰ ਡਿਪਾਰਟਮੈਂਟ, ਤਿੰਨੇ ਡਿਪਾਰਟਮੈਂਟ ਖੁਦ ਬਾ ਖੁਦ ਆਪ ਜਾਣ, ਆਪ ਜਾ ਕੇ ਖੇਤਾਂ ਦੇ ਵਿੱਚ ਉਤਰਨ, ਜਾ ਕੇ ਐਕਸਰਸਾਈਜ਼ ਕਰਨ ਔਰ ਪਤਾ ਕਰਨ ਕਿੱਥੇ ਕਿੱਥੇ ਜਿਹੜੇ ਹੈਗੇ ਨੇ ਕਿ ਬੋਰਵੈਲ ਖਾਲੀ ਪਏ ਨੇ ਜਾਂ ਖੁੱਲ੍ਹੇ ਪਏ ਨੇ, ਉਹਨੂੰ ਬੰਦ ਕਰਨ ਔਰ ਲੋਕਾਂ 'ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਨਾ ਇੰਪੋਜ਼ ਕਰਨ ਵੀ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਜਾਂ ਅਸੀਂ ਤੁਹਾਡੇ ਖਿਲਾਫ਼ ਪਰਚੇ ਦਰਜ ਕਰਾਂਗੇ। ਸੋ ਕੈਪਟਨ ਸਾਹਿਬ ਨੂੰ ਚਾਹੀਦਾ ਕਿ ਆਪਣੇ ਮਹਿਕਮੇ ਨੂੰ ਤੰਦਰੁਸਤ ਕਰਨ। ਕੈਪਟਨ ਸਾਹਿਬ 5 ਦਿਨ 10 ਦਿਨ ਛੁੱਟੀਆਂ ਮਨਾਉਂਦੇ ਰਹੇ ਮਨਾਲੀ ਦੇ ਵਿੱਚ, ਇੱਥੇ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਖਾਸ ਤੌਰ 'ਤੇ ਸਾਡਾ ਛੋਟਾ ਜਿਹਾ ਬੱਚਾ ਫਤਿਹਵੀਰ ਦਮ ਤੋੜ ਗਿਆ ਔਰ ਕੈਪਟਨ ਸਾਹਿਬ ਨੂੰ ਆਪਣੀ ਮੌਜ ਮਸਤੀ ਦੀ ਪਈ ਆ। ਇੱਥੋਂ ਪਤਾ ਲੱਗਦਾ ਕਿ ਪੰਜਾਬ ਦਾ ਕਿੰਨਾ ਨਿਖਿੱਧ, ਮਾੜਾ ਅਤੇ ਨਿਕੰਮਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਮਿਲਿਆ ਹੋਇਆ ਗਾ। ਜੇਕਰ 4 ਮੰਤਰੀਆਂ ਨੇ ਆਪਣਾ ਪਦ ਸੰਭਾਲਿਆ ਗਾ, ਇੱਥੋਂ ਪਤਾ ਲੱਗਦਾ ਕਿ ਕੈਪਟਨ ਸਾਹਿਬ ਦੀ ਕਮਾਂਡ ਢਿੱਲੀ ਹੋ ਚੁੱਕੀ ਆ। ਕੈਪਟਨ ਸਾਹਿਬ ਦੀ ਕਮਾਂਡ ਆਪਦੇ ਵਿਧਾਇਕਾਂ ਅਤੇ ਆਪਦੇ ਮੰਤਰੀਆਂ 'ਤੇ ਨਹੀਂ ਰਹੀ। ਹੁਣ ਕੈਪਟਨ ਸਾਹਿਬ ਨੂੰ ਆਪਣਾ ਮਹਿਕਮਾ ਛੱਡ ਦੇਣਾ ਚਾਹੀਦਾ, ਕਿਉਂਕਿ ਉਹਨਾਂ ਦੀ ਏਜ ਵੀ ਬਹੁਤ ਜ਼ਿਆਦਾ ਹੋਗੀ, ਉਹਨਾਂ ਤੋਂ ਕੰਮ ਨਹੀਂ ਹੁੰਦਾ, ਉਹਨਾਂ ਨੂੰ ਐਸ਼ੋ ਆਰਾਮ ਕਰਨੀ ਚਾਹੀਦੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਹੁਣ ਉਹਨਾਂ ਨੂੰ ਆਪਣਾ ਮਹਿਕਮਾ ਛੱਡ ਕੇ, ਸੋਰੀ, ਆਪਣੀ ਸੀਐਮਸ਼ਿਪ ਛੱਡ ਕੇ ਕਿਸੇ ਹੋਰ ਨੂੰ ਦੇ ਦੇਣੀ ਚਾਹੀਦੀ ਹੈ।